ਉਹਨੂੰ ਲੈ ਕੇ ਉਹ ਵਿਚਾਰ ਕਰਨਾ। ਅਤੇ ਵਾਹਿਗੁਰੂ ਜੀ, ਆਪਾਂ ਗੱਲ ਕਰ ਰਹੇ ਸੀ ਆਵਾਜ਼ ਜਿਹੜੀ ਸਾਨੂੰ ਥੋੜ੍ਹੀ ਬਹੁਤ ਕਈ ਵਾਰੀ ਪ੍ਰਗਟ ਹੁੰਦੀ ਹੈ, ਕਿਸੇ ਗੁਰਮੁਖ ਨੂੰ ਝਰਨੇ ਪਾਣੀ ਦਾ ਝਰਨਾ ਚੱਲਦਾ ਉਹਦੀ ਆਵਾਜ਼ ਆਊਗੀ, ਕਿਸੇ ਨੂੰ ਚਿੜੀਆਂ ਦੀ ਆਵਾਜ਼ ਆਏਗੀ ਜੰਗਲ ਦੇ ਵਿੱਚ ਜਿਵੇਂ ਆਉਂਦੀ, ਉਹ ਕੀ ਹੁੰਦਾ ਵਾਹਿਗੁਰੂ ਜੀ? ਕਈ ਵਾਰੀ ਅਸੀਂ ਨਾਮ ਨਹੀਂ ਜਪ ਰਹੇ ਹੁੰਦੇ, ਵੈਸੇ ਬੈਠੇ ਹੁੰਦੇ ਹਾਂ ਜਾਂ ਤੁਰ ਫਿਰ ਰਹੇ ਹੁੰਦੇ ਹਾਂ, ਉਹ ਆਵਾਜ਼ ਕਿੱਥੋਂ ਆ ਜਾਂਦੀ? ਵਾਹਿਗੁਰੂ ਜੀ ਅਸਲ 'ਚ ਕੀ ਹੈ, ਪਹਿਲੀ ਗੱਲ ਸਾਡੇ ਸਾਰਿਆਂ ਨੂੰ ਹੀ ਉਹ ਚੀਜ਼ ਮਹਾਰਾਜ ਨੇ ਪ੍ਰਗਟ ਕੀਤੀ, ਕਿਸੇ ਤੋਂ ਕੋਈ ਲਕੋਇਆ ਤਾਂ ਹੈ ਨਹੀਂ ਮਹਾਰਾਜ ਨੇ। ਉਸ ਟਾਈਮ 'ਤੇ ਸਾਰਿਆਂ ਨੂੰ ਤਾਂ ਨਹੀਂ ਆ ਰਹੀ, ਪਰ ਕੋਈ ਵਿੱਚ ਬੈਠਾ ਉਹਨੂੰ ਇੱਕ ਨੂੰ ਆ ਰਹੀ ਹੈ। ਇੱਕ ਤਾਂ ਸਿਗਨਲ ਵੀ ਹੁੰਦਾ, ਜਿਵੇਂ ਮੈਂ ਆਪਣੇ ਐਕਸਪੀਰੀਅੰਸ 'ਚੋਂ ਤੁਹਾਨੂੰ ਬੜੀ ਵਾਰੀ ਬੇਨਤੀ ਕੀਤੀ ਕਿ ਵਾਹਿਗੁਰੂ ਜੀ ਜਦੋਂ ਮੈਂ ਸੀਗਾ ਹੀ ਕਟਿੰਗ 'ਚ, ਜਦੋਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀ, ਹੁਣ ਤਾਂ ਗੁਰਮੁੱਖਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅਨਹਦ ਨਾਦ ਕੀ ਹੈ, ਸ਼ਬਦ ਪੰਜ ਮਹਾਰਾਜ ਨੇ ਗੁਰਬਾਣੀ 'ਚ ਦੱਸੇ ਨੇ ਉਹ ਕੀ ਹੈ, ਆਵਾਜ਼ਾਂ ਕੀ ਹੁੰਦੀਆਂ, ਅੰਮ੍ਰਿਤ ਰਸ ਕੀ ਹੁੰਦਾ, ਦਸਮ ਦੁਆਰ ਦਾ ਸ਼ਬਦ ਕੀ ਹੁੰਦਾ। ਉਸ ਗੁਰਮੁੱਖਾਂ ਨੇ ਉਦੋਂ ਸਮਝਾਇਆ ਕਿ ਵਾਹਿਗੁਰੂ ਜੀ ਮਹਾਰਾਜ ਤੁਹਾਨੂੰ ਬਖਸ਼ਣਾ ਚਾਹੁੰਦੇ ਸਾਰਿਆਂ ਨੂੰ ਹੀ, ਸਿਗਨਲ ਸਾਰਿਆਂ ਨੂੰ ਆ ਰਹੇ, ਇਕੱਲੇ ਮੈਨੂੰ ਨਹੀਂ, ਕਿਸੇ ਨੂੰ ਕਿਸੇ ਵੇਚ ਦੇ ਤਾ, ਕਿਸੇ ਨੂੰ ਕਿਸੇ ਤਰ੍ਹਾਂ ਜਿਹਦੀ ਜਿੰਨੀ ਕੁ ਅਵਸਥਾ ਜਾਂ ਪਿਛਲੀ ਬੰਦਗੀ ਭਗਤੀ ਹੁੰਦੀ ਹੈ। ਕੋਈ ਇੱਡੀਆਂ ਉੱਚੀਆਂ ਸੁੱਚੀਆਂ ਰੂਹਾਂ ਹੁੰਦੀਆਂ ਵਾਹਿਗੁਰੂ ਜੀ ਕਿ ਉਹਨਾਂ ਨੂੰ ਮਾਲਕ ਚਾਹੇ 5 ਸੈਕਿੰਡ, 10 ਸੈਕਿੰਡ, 20 ਸੈਕਿੰਡ, 50 ਸੈਕਿੰਡ, 1 ਮਿੰਟ, ਕਈ ਵਾਰੀ ਦਸਮ ਦੁਆਰ ਦਾ ਸ਼ਬਦ ਪ੍ਰਗਟ ਕਰ ਦਿੰਦੇ, ਆਪਣੀ ਆਵਾਜ਼ ਸੁਣਾ ਦਿੰਦੇ ਆ। ਉਹਨੂੰ ਪਤਾ ਹੀ ਉਹ ਡਾਕਟਰ ਕੋਲ, ਸਿੱਧਾ ਹੀ ਡਾਕਟਰ ਕੋਲ ਵੀ ਮੇਰਾ ਤਾਂ ਸਿਰ ਫੜਿਆ ਗਿਆ, ਇਹ ਮੈਂ ਪਾਗਲ ਹੋ ਜੂੰਗਾ, ਇਹ ਆਵਾਜ਼ਾਂ ਕਿੱਥੋਂ ਆ ਰਹੀਆਂ। ਕਈ ਜਿਹੜੇ ਗਲਤ ਗਾਈਡ ਕਰਦੇ ਉਹ ਕਹਿੰਦੇ ਤੁਹਾਡੇ 'ਤੇ ਤਾਂ ਸਾਇਆ ਆ ਗਿਆ ਜੀ, ਜਦਕਿ ਸੀ ਕੀ ਉਹ ਤਾਂ ਮਾਲਕ ਦੀ ਆਵਾਜ਼ ਸੀ। ਮਾਲਕ ਨੇ, ਪਿਤਾ ਨੇ ਆਵਾਜ਼ ਮਾਰੀ ਆਪਣੇ ਬੱਚੇ ਨੂੰ ਵੀ ਤੂੰ ਹੁਣ ਜੁੜ ਜਾ, ਤੇਰਾ ਸਮਾਂ ਹੈ ਨਾ। ਵਾਹਿਗੁਰੂ ਜੀ ਤੁਹਾਡੇ ਸਾਰੇ ਗੁਰਮੁੱਖਾਂ ਦੀ ਨਾ ਪਿਛਲੀ ਬੰਦਗੀ ਭਗਤੀ ਹੈ, ਸਾਰਿਆਂ ਦੀ ਹੈ, ਕਿਸੇ ਦੀ ਵੱਧ ਹੈ, ਕਿਸੇ ਦੀ ਥੋੜ੍ਹੀ ਘੱਟ ਹੈ, ਪਰ ਹੈ ਨਾ, ਅਤੇ ਬਹੁਤ ਹੈ ਕਿ ਜਿਹਦੇ ਕਰਕੇ ਵਾਹਿਗੁਰੂ ਜੀ ਅੱਜ ਮਾਲਕ ਤੁਹਾਨੂੰ ਸਿਮਰਨ ਅਭਿਆਸ ਕਰਵਾ ਰਹੇ ਆ। ਹੁਣ ਨਾ ਇਹ ਪਤਾ ਕਿੱਦਾਂ ਲੱਗਦਾ ਕਿ ਅਗਰ ਸਾਡੀ ਹੈ, ਬਿਲਕੁਲ ਹੀ ਨਹੀਂ ਹੈ ਜਾਂ ਥੋੜ੍ਹੀ ਹੈ, ਕਿੰਨੀ ਹੈ, ਕਿੱਥੋਂ ਪਤਾ ਲੱਗਦਾ? ਇੱਕ ਤਾਂ ਜਿਵੇਂ ਉਹਨਾਂ ਨੂੰ ਅੰਮ੍ਰਿਤ ਰਸ ਪ੍ਰਗਟ ਕਰਤਾ ਮਹਾਰਾਜ ਨੇ, ਬੜੀ ਛੇਤੀ ਕਰਤਾ, 1 ਮਹੀਨੇ 'ਚ ਕਰਤਾ। ਵੀਰ ਜੀ 1 ਮਹੀਨਾ ਹੀ ਹੋਇਆ ਸੀ ਅਭਿਆਸ ਕਰਦੇ, 16 ਦਿਨ, 16 ਦਿਨ 'ਚ ਅੰਮ੍ਰਿਤ ਰਸ ਪ੍ਰਗਟ ਹੋ ਜਾਣਾ, ਅਤੇ ਕਿੱਥੇ 16 ਸਾਲ ਵੀ ਨਾ ਆਉਣਾ, ਇਹਨੂੰ ਕੀ ਗਿਣੀ? ਅਸਲ 'ਚ ਵਾਹਿਗੁਰੂ ਜੀ ਇਹਨਾਂ ਦੀ ਪਿਛਲੀ ਬੰਦਗੀ ਭਗਤੀ ਖਜ਼ਾਨੇ 'ਚ ਬਹੁਤ ਜੁੜਿਆ ਹੋਇਆ ਸੀ, ਸਰੀਰ ਮਹਾਰਾਜ ਨੇ ਬਖਸ਼ਿਆ। ਹੁੰਦਾ ਕੀ ਹੈ, ਜਦੋਂ ਸ਼ੁਰੂਆਤ ਹੁੰਦੀ ਹੈ ਅਤੇ ਆਪਾਂ ਕਿੰਨੇ ਸਾਲ ਤਾਂ ਟੁੱਟੇ ਰਹਿੰਦੇ ਹਾਂ, ਸਾਨੂੰ ਨਹੀਂ ਪਤਾ, ਪਰ ਜਦੋਂ ਮਹਾਰਾਜ ਨੇ ਖੇਡ ਬਖਸ਼ੀ, ਸੰਗਤ ਬਖਸ਼ੀ, ਗੁਰਮੁੱਖਾਂ ਦਾ ਸੰਗ ਬਖਸ਼ਤਾ ਆਪ ਜੀ ਦਾ, ਅਤੇ ਦੇਖੋ ਉਹਨਾਂ ਦੀ ਖੇਡ ਬਣ ਗਈ। ਥੋੜ੍ਹੀ ਜਿਹੀ ਵੀ ਅਗਰ ਖਜ਼ਾਨੇ ਦੇ ਵਿੱਚ ਨਾ ਮਾਤਰ ਕਹਿ ਲਈਏ ਬੰਦਗੀ ਜੁੜੀ ਹੈ ਨਾ, ਤਾਂ ਤੁਸੀਂ ਸੰਗਤ 'ਚ ਮਹਾਰਾਜ ਤੁਹਾਨੂੰ ਮੌਕਾ ਦਿੰਦੇ ਆ, ਯਾਦ ਕਰਾਉਂਦੇ ਆ। ਸੱਚ ਕਿੱਥੇ ਯਾਦ ਆਉਂਦਾ? ਸੰਗਤ ਦੇ ਵਿੱਚ, ਘਰ ਬੈਠੇ ਕਿਸੇ ਨੂੰ ਸੱਚ ਨਹੀਂ ਪਤਾ ਲੱਗਦਾ, ਆਪਾਂ ਤਾਂ ਆਪਣਿਆਂ ਨਾਲ ਉਲਝੇ ਉਹਦੇ 'ਚ ਜ਼ਿੰਦਗੀ ਕੱਢ ਦਿੰਦੇ। ਵਾਹਿਗੁਰੂ ਜੀ 50 ਸਾਲ ਇੱਦਾਂ ਕੱਢ ਦਿੰਦੇ ਹਾਂ ਅਸੀਂ, 60 ਸਾਲ ਜਨਮ ਕੱਢ ਦਿੰਦੇ ਹਾਂ ਕਿਸ ਸੋਚ 'ਚ, ਘਰੇ ਮੈਨੂੰ ਨਹੀਂ ਬੁਲਾਉਣਾ, ਇਹਨੇ ਮੈਨੂੰ ਐਂ ਕਹਿਤਾ, ਇਹਦੀ ਮੇਰੀ ਬਣਦੀ ਨਹੀਂ, ਇਹਦੀ ਮੇਰੀ ਬਣਦੀ ਨਹੀਂ, ਮਤਲਬ ਇਹਨਾਂ ਗੱਲਾਂ 'ਚ ਉਲਝੇ ਪਏ ਹਾਂ। ਉਹ ਕੀ ਹੈ, ਉਹ ਤਾਂ ਬਾਅਦ 'ਚ ਸੱਚ ਕਿੱਥੇ ਪਤਾ ਲੱਗਿਆ? ਸੰਗਤ 'ਚ ਆ ਕੇ ਵੀ, ਇਹ ਤਾਂ 5 ਦੂਤ ਖੇਡਦੇ ਪਏ ਹੋ ਮੇਰੇ ਨਾਲ, ਇਹ ਤਾਂ ਮੇਰਾ ਵੈਰੀ ਹੈ ਹੀ ਨਹੀਂ, ਮੇਰਾ ਵੈਰੀ ਤਾਂ ਕੋਈ ਹੋਰ ਹੈ, ਲੜ ਮੈਂ ਕਿਸੇ ਹੋਰ ਨਾਲ ਰਿਹਾ ਸੀ। ਪੁਆਇੰਟ ਸਮਝ ਗਏ? ਉਸ ਦਿਨ ਉਹ ਲੜਾਈ ਸ਼ੁਰੂ ਕਰਦਾ ਲੜਨੀ 5 ਦੂਤਾਂ ਨਾਲ। ਹੁਣ ਬਹੁਤ ਗੁਰਮੁੱਖਾਂ 'ਤੇ ਮਾਲਕ ਨੇ ਇੰਨੀ ਕਿਰਪਾ ਕੀਤੀ ਕਿ ਉਹਨਾਂ ਨੂੰ ਸੰਗਤ ਵੀ ਬਖਸ਼ੀ, ਨਾਮ ਜਪਣ ਲਈ ਬਖਸ਼ਿਆ, ਪਰ ਵਾਹਿਗੁਰੂ ਜੀ ਇਹ ਵੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅੱਜ ਦਾ ਜੋ ਸਮਾਂ ਚੱਲ ਰਿਹਾ, ਜੋ ਗੇੜ ਚੱਲ ਰਿਹਾ, ਇਨਸਾਨ ਘਰ ਵਿਹਲਾ ਵੀ ਬੈਠਾ ਨਾ, ਵਿਹਲਾ
ਉਹ ਫੋਨ 'ਤੇ ਪਤਾ ਕੀ ਕਹੇਗਾ ਜਾਂ ਕਿਸੇ ਨੂੰ ਕੀ ਜਿਤਾਏਗਾ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ, ਮੈਨੂੰ ਕੰਮ ਹੈ, ਜਾਂ ਮੈਂ ਨਾਮ ਜਪਣ ਵੀ ਤਾਂ ਨਹੀਂ ਜਾਂਦਾ ਕਿਉਂਕਿ ਮੇਰੇ ਕੋਲ ਟਾਈਮ ਨਹੀਂ, ਜਦਕਿ ਕਈ ਵਾਰੀ ਉਹ ਵਿਹਲਾ ਹੀ ਬੈਠਾ ਹੁੰਦਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਈ ਵਾਰੀ ਇਨਸਾਨ ਬੇਰੁਜ਼ਗਾਰ ਵੀ ਬੈਠਾ ਨਾ, ਉਹ ਫਿਰ ਵੀ ਅੱਜ ਦਾ ਸਮਾਂ ਕਾਲ ਇੰਜ ਖੇਡ ਰਿਹਾ। ਸਾਨੂੰ ਗੁਰਮੁਖਾਂ ਨੇ ਆਪਣੇ ਐਕਸਪੀਰੀਅੰਸਿਸ 'ਚ ਇੱਕ ਚੀਜ਼ ਜਿਹੜੀ ਖਾਸ ਸ਼ੇਅਰ ਕੀਤੀ ਹੈ, ਖਾਸ ਕਰਕੇ ਅੱਜ ਦੇ ਯੂਥ ਨੇ, ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ, ਕਿ ਵਾਹਿਗੁਰੂ ਜੀ ਸਾਨੂੰ ਸ਼ੋਅ ਆਫ ਹੀ ਮਾਰੀ ਜਾਂਦਾ, ਦਿਖਾਵੇ 'ਚ ਹੀ ਮਰੀ ਜਾਂਦੇ ਹਾਂ। ਮੇਰੇ ਸਰਕਲ 'ਚ ਬੰਦੇ ਨੇ ਗੱਡੀ ਲੈ ਲਈ, ਮੇਰੇ ਕੋਲ ਛੋਟੀ ਸੀ, ਮੈਨੂੰ ਇਹ ਨਹੀਂ ਹੋਇਆ ਵੀ ਉਹਨੇ ਵੱਡੀ ਗੱਡੀ ਕਿਉਂ ਲਈ, ਇਹ ਨਹੀਂ ਹੋਇਆ, ਪਰ ਮੈਨੂੰ ਸੀ ਮੈਂ ਵੀ ਇਹ ਲੈਣੀ ਹੈ, ਇਸ ਤੋਂ ਵੱਡੀ ਲੈਣੀ, ਇਹ ਲੈ ਸਕਦਾ ਤਾਂ ਮੈਂ ਕਿਉਂ ਨਹੀਂ, ਐਡੀ ਕਿਹੜੀ ਇਹਦੀ ਗੁਰੂ ਸਾਹਿਬ ਨਾਲ ਇੰਨੀ ਖਾਸ ਹੈ ਵੀ ਜਿਹੜੇ ਮੈਨੂੰ ਨਹੀਂ ਮਿਲੀ। ਸੋਚ ਦੇਖੋ, ਹੈ ਗੱਡੀ ਸਭ ਕੁਛ ਹੈ ਪਰ ਟਕਾਂ ਨਹੀਂ। ਫਿਰ ਵਾਹਿਗੁਰੂ ਜੀ ਯੂਥ ਇਹਦੇ 'ਚ ਫਸਿਆ ਸ਼ੋਅ 'ਚ ਬਹੁਤ ਜ਼ਿਆਦਾ, ਅਤੇ ਜੇ ਕੋਈ ਉਹਦੇ ਤੋਂ ਬਚਿਆ ਤਾਂ ਉਹ ਕਿਸੇ ਗੱਲਾਂ ਦਾ ਡਿਪਰੈਸ਼ਨ ਡਿਪਰੈਸ਼ਨ ਕਰੀ ਜਾਂਦੇ, ਡਿਪਰੈਸ਼ਨ ਡਿਪਰੈਸ਼ਨ ਨਹੀਂ ਹੈਗਾ। ਡਿਪਰੈਸ਼ਨ ਨਾਮ ਜਪੋ, ਡਿਪਰੈਸ਼ਨ ਤਾਂ ਰਹਿ ਹੀ ਨਹੀਂ ਸਕਦਾ ਤੁਹਾਨੂੰ। ਜੇ ਕੈਂਸਰ ਦੀ ਲਾਸਟ ਸਟੇਜ ਸੀ, ਡਿਪਰੈਸ਼ਨ ਕੀ ਚੀਜ਼ ਹੈ, ਕੀ ਕਰੇਗਾ ਡਿਪਰੈਸ਼ਨ? ਆਪਾਂ ਬਣਾ ਲਿਆ, ਆਪਾਂ ਉਹਨੂੰ ਅਸੈਪਟ ਕਰ ਲਿਆ ਤਾਂ ਬਣ ਗਿਆ। ਸਾਨੂੰ ਐਸੇ ਐਸੇ ਗੁਰਮੁਖ ਮਿਲਦੇ ਆ ਵਾਹਿਗੁਰੂ ਜੀ, ਜਿਨ੍ਹਾਂ ਦੀ ਅਗਰ ਦੁੱਖ ਦੀ ਗੱਲ ਹੀ ਕਰਨੀ ਹੈ ਨਾ, ਤਾਂ ਉਹ ਦੁੱਖ ਬਹੁਤ ਵੱਡਾ ਉਹਨਾਂ ਕੋਲ, ਪਰ ਉਹ ਤੁਹਾਨੂੰ ਦੇਖ ਕੇ ਪਤਾ ਵੀ ਨਹੀਂ ਲੱਗਣਾ, ਉਹ ਐਂ ਤੁਹਾਡੇ ਨਾਲ ਹੱਸ ਕੇ ਰਹਿਣਗੇ, ਤੁਹਾਨੂੰ ਲੱਗੇਗਾ ਤਾਂ ਖੁਸ਼ੀ ਬੜਾ, ਅਤੇ ਉਹ ਹੈ ਪਰ ਦੁੱਖ ਨਾਲ ਲੜੇ ਆ ਉਹ। ਅਤੇ ਆਪਾਂ ਜੇ ਆਪਣੇ ਦੁੱਖ ਦੀ ਗੱਲ ਕਰੀਏ ਵੀ ਸਾਡੀ ਆਹ ਹੋ ਗਿਆ ਜੀ, ਆਹ ਹੋ ਗਿਆ ਜੀ, ਮੇਰੇ ਮਾਰਕਸ ਚੰਗੇ ਨਹੀਂ ਆਏ ਜੀ, ਮੇਰਾ ਆਹ ਨਹੀਂ ਹੋ ਰਿਹਾ ਜੀ, ਇਹ ਦੁੱਖ ਨਹੀਂ ਹੁੰਦੇ, ਇਹ ਤਾਂ ਸਾਡੇ ਕਰਮ ਚੱਲਦੇ ਪਏ, ਉਹਨੂੰ ਅਸੈਪਟ ਕਰੋ। ਜੇ ਇਹ ਵੀ ਨਾ ਮਿਲਦਾ ਫਿਰ ਤਾਂ ਅਸੀਂ ਕੀ ਕਰ ਲੈਣਾ ਸੀ, ਕਰ ਕੀ ਲੈਣਾ ਸੀ? ਜਿਹੜੇ ਕੋਲ ਅੱਜ ਇੱਕ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਅਗਰ, ਤਾਂ ਉਹ ਕੀ ਕਰ ਲੂਗਾ, ਉਹਨੂੰ ਵੀ ਰਹਿਣਾ ਪੈਣਾ। ਪਰ ਆਪਾਂ ਗਲਤੀ ਕਿੱਥੇ ਕਰਦੇ ਹਾਂ, ਇਸ ਛੋਟੀ ਜਿਹੀ ਟੈਨਸ਼ਨ ਦੇ ਬਦਲੇ ਖਜ਼ਾਨਾ ਛੱਡ ਦਿੰਦੇ ਹਾਂ, ਨਾਮ ਹੀ ਨਹੀਂ ਜਪਦੇ। ਬਹਾਨਾ ਕੀ ਹੈ, ਮੈਂ ਨਾ ਜਪਣਾ ਤਾਂ ਚਾਹੁੰਦਾ ਜਾਂ ਮੈਂ ਜਪਣਾ ਤਾਂ ਚਾਹੁੰਦੀ ਹਾਂ ਪਰ ਮੇਰਾ ਨਾ ਦੁੱਖ ਹੈ। ਵਾਹਿਗੁਰੂ ਜੀ, ਉਹ ਦੁੱਖ ਤੁਹਾਡਾ ਜਨਮ ਖਾ ਰਿਹਾ, ਤੁਹਾਨੂੰ ਪਤਾ ਦੁੱਖ ਅਸਲ 'ਚ ਹੈ ਨਹੀਂ ਹੈ ਉਹ ਦੁੱਖ। ਆਪਾਂ ਚੰਗੇ ਭਲੇ ਵੱਸ ਰਹੇ ਹਾਂ, ਚੰਗੇ ਭਲੇ ਖਾ ਰਹੇ ਹਾਂ, ਚੰਗਾ ਭਲਾ ਸਭ ਕੁਛ ਹੈ। ਜੇ ਮੰਨ ਲਓ, ਚਲੋ ਆਪਾਂ ਇੰਜ ਵੀ ਕਹਿ ਲਈਏ ਕਿ ਹੁਣ ਵੀ ਇਹ ਲਾਸਟ ਕੁਛ ਦਿਨਾਂ 'ਚ ਐਸੇ ਗੁਰਮੁਖ ਜਾਂ ਐਸੇ ਗੁਰਮੁਖਾਂ ਨਾਲ ਮੇਲ ਹੋਇਆ ਜਿਨ੍ਹਾਂ ਨੂੰ ਫਾਈਨੈਂਸ਼ਲੀ ਬਹੁਤ ਪ੍ਰੋਬਲਮ ਹੈ, ਬਹੁਤ ਜ਼ਿਆਦਾ, ਜਿਹਨੂੰ ਅਸੀਂ ਕਹਾਂਗੇ ਕਿ ਵਾਹਿਗੁਰੂ ਜੀ ਖਾਣ ਨੂੰ ਵੀ ਨਸੀਬ ਨਹੀਂ ਹੋ ਰਿਹਾ, ਪਰ ਉਹਨਾਂ ਦੀ ਖਾਸੀਅਤ ਕੀ ਸੀ? ਖਾਸੀਅਤ ਪਤਾ ਕੀ ਸੀ? ਇੰਨੇ 'ਚ ਵੀ ਗੁਜ਼ਾਰਾ ਕਰ ਰਹੇ, ਅਰਦਾਸ ਕੀ ਕਰ ਰਹੇ ਕਿ ਮਹਾਰਾਜ ਨਾਮ ਬੰਦਗੀ ਨਾ ਖੋਇਓ, ਜੋ ਕਰਮਾਂ ਅਨੁਸਾਰ ਸਾਨੂੰ ਮਿਲਣਾ ਨਹੀਂ ਸੀ ਨਹੀਂ ਮਿਲਿਆ। ਪਰ ਇਹ ਨਾ ਹੋਏ ਕਿ ਅਸੀਂ ਉਸ ਲਾਲਚ ਦੇ ਮਾਰੇ ਵੀ ਸਾਨੂੰ ਆਹ ਚਾਹੀਦਾ 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 ਚਾਹੀਦਾ, ਇਹ ਨਾ ਲੁੱਟਵਾ ਬੈਠੀ। ਕਿਉਂਕਿ ਵਾਹਿਗੁਰੂ ਜੀ ਇੱਥੇ ਬਹੁਤ ਪੈਸੇ ਵਾਲਾ ਵੀ ਦੁਖੀ ਤਾਂ ਹੈ, ਮਿਲਦੇ ਆ ਗੁਰਮੁਖ, ਦੱਸਦੇ ਆ, ਲੁੱਕ ਕੇ ਦੱਸਦੇ ਆ, ਕਈ ਵਾਰੀ ਸਾਹਮਣੇ ਨਹੀਂ ਦੱਸ ਪਾਉਂਦਾ ਕੋਈ ਕਿ ਵਾਹਿਗੁਰੂ ਜੀ ਸਭ ਕੁਛ ਹੁੰਦੇ ਹੁੰਦੇ ਵੀ ਦਿਲ ਕਰਦਾ ਮੈਂ ਹੁਣੇ ਮਰ ਜਾ, ਹੁਣ ਇਹਦਾ ਕੀ ਜਵਾਬ ਹੈ ਕਿ ਮੈਂ ਸੁਸਾਈਡ ਕਰ ਲਵਾਂ। ਅਮੈਰੀਕਾ ਤੋਂ, ਅਮੈਰੀਕਾ ਦੇ ਗੁਰਮੁਖ ਦਾ ਮੈਸੇਜ ਆਇਆ ਟੈਲੀਗ੍ਰਾਮ 'ਤੇ, ਵੀਰੇ USA ਤੋਂ, ਸੁਣਿਓ ਗੱਲ ਧਿਆਨ ਨਾਲ, ਸਾਰੀ ਸਾਡਾ ਹੁਣ ਖਾਸ ਕਰਕੇ ਆਪਾਂ ਕਹਿੰਦੇ ਹਾਂ ਵੀ ਅਸੀਂ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ, ਸੈੱਟ ਹੋਣਾ, ਉਹ ਸੈੱਟ ਹੈ, ਸਭ ਕੁਛ ਹੈ। ਇੱਕ ਛੋਟੀ ਜਿਹੀ ਗੱਲ ਉਹਦੇ ਅੰਦਰ ਇੰਨੀ ਵੱਸ ਗਈ ਵੀ ਇਹ ਕੰਮ ਇੱਦਾਂ ਕਿਉਂ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ।
ਕਹਿਣ ਦਾ ਬਾਅਦ ਇਹ ਨਹੀਂ ਹੋਣਾ ਚਾਹੀਦਾ ਸੀ, ਇਹ ਕਿਉਂ ਹੋਇਆ? ਜੋ ਹੋਇਆ ਉਹ ਵੀ ਕੁਛ ਖਾਸ ਵੱਡਾ ਨਹੀਂ ਹੋਇਆ। ਮੈਂ ਉਹਨੂੰ ਮੈਂ ਕਿਹਾ ਵੀਰ ਜੀ ਇਹ ਦੁੱਖ ਨਹੀਂ ਹੈਗਾ, ਇਹ ਤਾਂ ਕਾਲ ਖੇਡਦਾ ਪਿਆ ਤੁਹਾਡੇ ਨਾਲ, ਅਤੇ ਤੁਸੀਂ ਲੱਗੇ ਹੋਏ ਉਹਦੇ ਨਾਲ, ਆ ਰਹੀ ਲਾ ਲਿਆ ਉਹਨੇ ਤੁਹਾਨੂੰ। ਅਤੇ ਪਤਾ ਕੀ ਕਹਿੰਦੇ, ਮੇਰਾ ਦਿਲ ਕਰਦਾ ਸਭ ਕੁਛ ਛੱਡ ਕੇ ਮੈਂ ਨਹਿਰ 'ਚ ਛਾਲ ਮਾਰ। ਮੈਂ ਕਿਹਾ ਇੰਨੇ ਕਮਜ਼ੋਰ ਹੋ ਗਏ ਆਪਾਂ ਵਾਹਿਗੁਰੂ ਜੀ, ਮੈਂ ਸਾਫ਼ ਉਹਨਾਂ ਨੂੰ ਇੱਕ ਗੱਲ ਪੁੱਛੀ, ਇੰਨੇ ਕਮਜ਼ੋਰ ਹੋ ਗਏ? ਜਾਂ ਤਾਂ ਜੇ ਮਰਨ ਦਾ ਇੰਨਾ ਹੀ ਸ਼ੌਂਕ ਹੈ ਅਤੇ ਕੁਛ ਚੱਜ ਦਾ ਕਰਕੇ ਮਰੀਏ, ਕਿਸੇ ਦਾ ਭਲਾ ਕਰਕੇ ਹੀ ਮਰ ਜੀ। ਇਹ ਕਿਹੜੀ ਮੌਤ ਅਸੈਪਟ ਕਰ ਲਈ ਅਸੀਂ ਵੀ, ਮੈਂ ਇੰਜ ਨਹੀਂ ਹੋਣਾ ਚਾਹੀਦਾ ਸੀ। ਇਮਪੇਸ਼ੈਂਸ ਹੋ ਚੁੱਕੇ ਹਾਂ ਅਸੀਂ, ਪੇਸ਼ੈਂਸ ਨਹੀਂ ਹੈਗੀ। ਪੇਸ਼ੈਂਸ ਕਦੋਂ ਆਏਗੀ? ਜਦੋਂ ਗੁਰੂ ਸਾਹਿਬ ਬਾਰੇ ਪੜੋਗੇ, ਮੂੰਹ 'ਤੇ ਸਮਾਈਲ ਆਏਗੀ ਕਿ ਮਹਾਰਾਜ ਨੇ ਇੰਨਾ ਕੁਛ ਬਖਸ਼ਿਆ ਹੈ। ਜੇ ਮਹਾਰਾਜ ਸਾਨੂੰ 99% ਚੀਜ਼ਾਂ ਦੇ ਕੇ ਇੱਕ ਪਰੇ ਰੱਖ ਲੈਂਦੇ ਆ ਨਾ, ਅਸੀਂ ਉਹਦੇ ਹੀ ਦੁੱਖ ਜਿਤਾਈ ਜਾਂਦੇ ਕਿ ਆਹ ਕਿਉਂ ਨਹੀਂ ਦਿੱਤਾ, ਆਹ ਕਿਉਂ ਨਹੀਂ ਦੇਖ ਰਹੇ, ਜੋ ਦਿੱਤਾ ਉਹਦਾ ਕਦੋਂ ਸ਼ੁਕਰਾਨਾ ਕਰੋਗੇ? ਗੱਲ ਤਾਂ ਇੱਥੇ ਹੈ ਨਾ, ਸਰੀਰ ਸਹੀ ਦੇ ਰੱਖਿਆ, ਸਾਂਸੇ ਦੇ ਰਹੇ ਨੇ। ਵਾਹਿਗੁਰੂ ਜੀ ਚਲੇ ਜਾਓ ਨਾ ਇੱਕ ਵਾਰੀ, ਆ ਕੀ ਇਹ ਉਹ ਵੀਰੇ ਦਾ ਨਾਮ ਹੈ, ਮਨੁੱਖਤਾ ਦੀ ਸੇਵਾ ਗੇੜਾ ਮਾਰ ਆਇਆ ਕਰੋ ਮਹੀਨੇ 'ਚ ਇੱਕ ਵਾਰੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਤੁਹਾਨੂੰ, ਤੁਹਾਨੂੰ ਜ਼ਿੰਦਗੀ ਆਪਣੀ ਸੁੱਖ ਹੀ ਸੁੱਖ ਲੱਗਣ ਲੱਗ ਜੂਗੀ। ਧੰਨੇ ਕਰੋਗੇ ਪ੍ਰਭੂ ਦਾ, ਸ਼ੁਕਰ ਹੈ ਪਿਤਾ ਜੀ। ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵਾਹਿਗੁਰੂ ਜੀ ਉੱਥੇ ਦੇਖੋ ਤਾਂ ਸੀ ਉਹਨਾਂ ਨੂੰ, ਉਹ ਵੀ ਤਾਂ ਬੈਠੇ ਹੈ ਉਹਦੇ ਹੁਕਮ ਦੇ ਵਿੱਚ। ਤੁਹਾਡੇ ਕੋਲ ਦਿਮਾਗ ਹੈ, ਤੁਹਾਡਾ ਸਭ ਕੁਛ ਠੀਕ, ਸਿੱਖ ਪਰਿਵਾਰ 'ਚ ਪੈਦਾ ਹੋਏ, ਸਭ ਤੋਂ ਵੱਡੀ ਗੱਲ, ਸਿੱਧਾ ਰਸਤਾ ਦਿੱਤਾ ਮਹਾਰਾਜ ਨੇ, ਕੋਈ ਖੱਬੇ ਸੱਜੇ ਨਹੀਂ, ਸੱਚਖੰਡ ਆ ਗਏ ਕਿਹੜੀ ਬੜੀ। ਵਾਹਿਗੁਰੂ ਜੀ ਕਿਸੇ ਧਰਮ ਨੂੰ ਉੱਚ ਨੀਚ ਨਹੀਂ ਕਹਿ ਰਿਹਾ ਇੱਥੇ, ਮੈਨੂੰ ਤਾਂ ਇੰਨਾ ਪਤਾ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਬੜਾ ਸੌਖਾ ਰਸਤਾ ਦਿੱਤਾ, ਕੋਈ ਰਿਸਟ੍ਰਿਕਸ਼ਨਸ ਨਹੀਂ ਲਾਈਆਂ ਹੋਈਆਂ ਸਾਨੂੰ। ਤਾਂ ਜੇ ਆਪਾਂ ਦੂਜੇ ਧਰਮ ਦੀ ਗੱਲ ਹੀ ਕਰ ਲਈਏ, ਜਿਹਨੂੰ ਕਿ ਵੈਸੇ ਧਰਮਾਂ ਦੀ ਕੋਈ ਇੱਥੇ ਗੱਲ ਨਹੀਂ, ਵੀ ਬੜੇ ਤਰ੍ਹਾਂ ਦਾ ਬੜਾ ਕੁਛ ਹੈ, ਮਹਾਰਾਜ ਨੇ ਇੰਨਾ ਪ੍ਰੇਮ ਜਿਤਾ ਕੇ, ਸ਼ਹੀਦੀਆਂ ਪਾ ਕੇ, ਤੁਹਾਡਾ ਰਾਹ ਖੋਲ੍ਹ ਕੇ ਫਿਰ ਸਿੱਧਾ ਰਸਤਾ ਦਿੱਤਾ। ਹੁਣ ਤੁਸੀਂ ਇਹ ਦੱਸੋ, ਆਪਾਂ ਪੰਜ ਬਾਣੀਆਂ ਪੜ੍ਹਦੇ ਸਾਰੇ ਅੰਮ੍ਰਿਤ ਵੇਲੇ, ਜਿਹੜੇ ਗੁਰਮੁਖ ਸਾਂਭਦੇ ਹੈ ਅੰਮ੍ਰਿਤਧਾਰੀ ਨੇ, ਪੰਜ ਬਾਣੀਆਂ ਪੜ੍ਹਦੇ। ਹੁਣ ਉਸ ਤੋਂ ਬਾਅਦ ਜਿਹਨੂੰ ਨਹੀਂ ਪਤਾ ਉਹ ਸਿਮਰਨ ਅਭਿਆਸ ਨਹੀਂ ਕਰਦੇ, ਉਹ ਵੇਟ ਕਰਦੇ ਕਦੋਂ ਸ਼ਾਮ ਪਵੇ ਅਤੇ ਅਸੀਂ ਸ਼ਾਮ ਨੂੰ ਪਾਠ ਕਰੀਏ, ਫਿਰ ਕਦੋਂ ਰਾਤ ਪਵੇ ਸੋਹਿਲਾ ਸਾਹਿਬ ਕਰੀਏ ਅਤੇ ਸੋਈਏ। ਵੀ ਇਹ ਆਪਾਂ ਗੁਰੂ ਦਾ ਹੁਕਮ ਮੰਨ ਰਹੇ ਹਾਂ, ਗੁਰੂ ਦਾ ਹੁਕਮ ਇੰਨਾ ਨਹੀਂ ਸੀ, ਸਿਰਫ ਇੰਨਾ ਨਹੀਂ ਸੀ, ਇਹ ਹੈ ਪਰ ਇੰਨਾ ਨਹੀਂ ਸੀ। ਮਹਾਰਾਜ ਨੇ ਕਿਹਾ ਠੋ ਪੈਰ ਚੇਤੇ ਕਰਨਾ ਉਹਨੂੰ, ਅਤੇ ਤੁਸੀਂ ਸੱਚ ਜਾਣਿਓ ਜਿੰਨੇ ਗੁਰਮੁਖ ਇੱਥੇ ਬੈਠੇ ਹੋ, ਕਿਸੇ ਨੂੰ ਵੀ ਲੱਗਦਾ ਕਿ ਮੇਰੀ ਲਾਈਫ 'ਚ ਆ ਘਾਟ ਹੈ, ਜਾਂ ਮੇਰਾ ਕੰਮ ਨਹੀਂ ਹੋ ਰਿਹਾ, ਜਾਂ ਮੈਨੂੰ ਰੋਗ ਹੈ, ਕੁਛ ਵੀ ਲਾ ਲਓ, ਹੈ ਤਾਂ ਸਾਡੇ ਸਾਰਿਆਂ ਦੇ ਕਰਮ ਨੇ ਪਹਿਲੀ ਗੱਲ, ਇਹ ਤੋਂ ਕਦੀ ਮੁਣਕਰ ਨਹੀਂ ਹੋਇਆ ਜਾ ਸਕਦਾ, ਜੋ ਜਿਸ ਸਥਿਤੀ 'ਚ ਆਪਣੇ ਆਪ ਕਰਕੇ ਹੈ, ਜਿਹੜਾ ਨਾਲ ਬੈਠਾ ਉਹ ਮੇਰਾ ਕੋਈ ਘਾਟਾ ਵਾਧਾ ਨਹੀਂ ਕਰ ਸਕਦਾ, ਮੈਂ ਕਵਾਂ ਇਹਦੇ ਕਰਕੇ ਮੇਰਾ ਬੜਾ ਨੁਕਸਾਨ ਹੋਇਆ, ਵਾਹਿਗੁਰੂ ਹੋ ਹੀ ਨਹੀਂ ਸਕਦਾ, ਆਪਣੇ ਕਰਕੇ ਹੀ ਹੁੰਦਾ, ਮੇਰੇ ਕਰਕੇ ਹੀ ਮੇਰਾ ਨੁਕਸਾਨ ਅਗਰ ਲਿਖਿਆ ਸੀ ਹੋਇਆ ਹੁੰਦਾ, ਪਤਾ ਕਿ ਜੇ ਨੁਕਸਾਨ ਹੋ ਜਾਵੇ ਦੂਜੇ 'ਤੇ ਪਾਉਂਦੇ ਹਾਂ, ਜੇ ਚੰਗਾ ਹੋ ਜਾਵੇ ਕਹਿਣਗੇ ਮੈਂ ਕੀਤਾ, ਮੈਂ ਬਹੁਤ ਸੈੱਟ ਹਾਂ, ਮੈਂ, ਜਦਕਿ ਨਾਲ ਬੈਠੇ ਕਰਕੇ ਹੀ ਸ਼ਾਇਦ ਤੁਸੀਂ ਹੋਏ ਹੋ, ਉਹਨੇ ਤੁਹਾਨੂੰ ਕੋਈ ਚੰਗਾ ਰਾਹ ਦਿਖਾਇਆ ਹੋਵੇ, ਸੋਝੀ। ਪਰ ਗੱਲ ਕੀ ਹੈ ਵਾਹਿਗੁਰੂ ਜੀ, ਅਸੀਂ ਅਸੈਪਟ ਨਹੀਂ ਕਰਦੇ, ਅਤੇ ਗੱਲ ਆਪਾਂ ਕੀ ਕਰ ਰਹੇ ਸੀ ਪਹਿਲਾਂ ਹੁਣੇ, ਹਾਂਜੀ, ਕਿਸੇ ਵੀ ਚੀਜ਼ ਦੀ ਕਮੀ ਜਾਂ ਕੁਛ ਵੀ, ਜਿੱਦਾਂ ਜਿੱਦਾਂ ਤੁਸੀਂ ਨਾਮ ਦੇ ਵਿੱਚ ਜੁੜਦੇ ਹੋ ਵਾਹਿਗੁਰੂ ਜੀ, ਮੈਂ ਬਾਰ ਬਾਰ ਆਪ ਜੀ ਨੂੰ ਇਹ ਗੱਲ ਤਾਂ ਕਹਿੰਦਾ ਕਿਉਂਕਿ ਮੈਂ ਪ੍ਰਤੱਖ ਦੇਖਿਆ, ਛੋਟਾ ਕੰਮ ਅਤੇ ਵੱਡਾ ਕੰਮ ਇੱਕ ਬਰਾਬਰ ਹੋ ਜਾਂਦਾ, ਮਹਾਰਾਜ ਆਪ ਹੀ ਕਰੀ ਜਾਂਦੇ, ਆਪ ਕਰਦੇ ਹੈ, ਕਰਾਉਂਦੇ ਨਹੀਂ, ਕਰਦੇ ਹੈ। ਇਹ ਗੱਲ 'ਚ ਬੜਾ ਫਰਕ ਹੈ, ਇੱਕ ਕਰਾਉਂਦੇ ਹੈ
ਇੱਕ ਕਰਦੇ ਹੋ, ਹੁਣ ਇਹਦੇ 'ਚ ਕਿੰਨਾ ਫਰਕ ਹੋਊਗਾ? ਤੁਸੀਂ ਦਰ 'ਤੇ ਜਾ ਕੇ ਬੈਠੋ, ਤੁਸੀਂ ਦਰ 'ਤੇ ਬਹਿੰਦੇ ਹੋ ਨਾ। ਚਲੋ ਇੰਝ ਕਹਿ ਲਈਏ ਵੀ ਇੱਥੇ ਰੋਜ਼ ਸਮਾਗਮ ਹੋਵੇ, ਇਸ ਘਰ 'ਚ ਰੋਜ਼ ਸਮਾਗਮ ਹੋਵੇ, ਅਤੇ ਇੱਥੇ ਜਿਹੜੇ ਗੁਰਮੁਖ ਆਲਰੇਡੀ ਪ੍ਰਵਾਨ ਹੋਣਗੇ ਜਾਂ ਉਹਨਾਂ ਦੀ ਅਵਸਥਾ ਹੋਏਗੀ ਜਾਂ ਜਿਨ੍ਹਾਂ ਨੂੰ ਪਤਾ ਵੀ ਕਿਹੜੇ ਬੱਚੇ ਨੂੰ ਕਿੰਨੀ ਅਭਿਆਸ ਦੀ ਲੋੜ ਹੈ, ਕਿੰਨੀ ਮਿਹਨਤ ਦੀ ਲੋੜ ਹੈ, ਇਹ ਮੈਂ ਖੁਦ ਸੰਗਤ ਦੇ ਵਿੱਚ ਗੱਲਾਂ ਸੁਣੀ ਆਪਣੇ ਕੰਨੀ, ਸੱਚ ਹੈ। ਉਹ ਕਹਿੰਦੇ ਵਾਹਿਗੁਰੂ ਜੀ ਅਸੀਂ ਨਾ ਰੋਜ਼ ਆਉਣਾ ਚਾਹੁੰਦੇ ਹਾਂ ਸੰਗਤ ਦੇ ਵਿੱਚ, ਪਰ ਸਾਡੇ ਆ ਛੋਟੇ ਛੋਟੇ ਕੰਮ ਨੇ, ਬੱਚੇ ਸਾਹਮਣੇ ਜਾਂ ਘਰ ਸਾਹਮਣਾ ਜਾਂ ਕੋਈ ਵੀ ਗੱਲ ਹੈ, ਸਿਰਫ ਇੰਨੇ ਕੁ ਨਾ ਕਰਕੇ ਅਸੀਂ ਆ ਨਹੀਂ ਪਾਉਂਦੇ। ਅੱਗੋਂ ਗੁਰਮੁਖ ਪਤਾ ਹੀ ਕਹਿੰਦੇ ਉਹ ਕੰਮ ਤੁਹਾਡੇ ਅਸੀਂ ਕਰ ਦਾਂਗੇ, ਤੁਸੀਂ ਸੰਗਤ 'ਚ ਆ ਜਾਇਆ ਕਰੋ, ਸਾਡੀ ਵੀ ਸੇਵਾ ਲਾ ਦਿਓ, ਜਿਸ ਕਰਕੇ ਤੁਸੀਂ ਨਹੀਂ ਆ ਪਾ ਰਹੇ ਉਹ ਸਾਨੂੰ ਸੌਂਪ ਦਿਓ, ਦੋ ਤੋਂ ਚਾਰ ਘੰਟੇ ਲਈ ਤੁਸੀਂ ਸੰਗਤ 'ਚ ਆ ਜਾਇਆ ਕਰੋ। ਉਹ ਕਹਿੰਦੇ ਤੁਸੀਂ ਨਹੀਂ ਆਉਣਾ ਫਿਰ? ਉਹ ਕਹਿੰਦੇ ਚਲੋ ਮੈਂ ਤਾਂ ਰੋਜ਼ ਆਉਂਦਾ ਰਹਿੰਦਾ। ਜਦਕਿ ਉਹ ਪ੍ਰਵਾਨ ਨੇ, ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਅੱਜ ਲੋੜ ਹੈ, ਉਹ ਉਹਨਾਂ ਦਾ ਕੰਮ ਸਾਂਭ ਲਿਆ ਤਾਂ ਉਹਨੂੰ ਸੰਗਤ 'ਚ ਆਉਣ ਜਾਣ ਦਾ ਉਹ ਸੇਵਾ ਹੀ ਕੀਤੀ। ਇੱਕ ਬਹੁਤ ਸੋਹਣੀ ਸੇਵਾ ਹੈ ਵੀ ਕਿਸੇ ਨੇ ਨਾਮ ਜਪਣਾ ਤੁਸੀਂ ਉਹਦੀ ਸਹਾਇਤਾ ਕਰ ਲਓ। ਜਿਵੇਂ ਅਸੀਂ ਕਹਿੰਦੇ ਨਹੀਂ ਗੁਰੂ ਘਰ ਮੱਥਾ ਟਿਕਾਉਣਾ, ਕਿਸੇ ਨੂੰ ਲੈ ਕੇ ਜਾਣਾ, ਬਜ਼ੁਰਗ ਨੂੰ ਲੈ ਕੇ ਆਉਣਾ, ਇਹ ਵੀ ਇੱਕ ਸੇਵਾ ਹੀ ਹੈ ਵੀ ਗੁਰੂ ਦੇ ਦਰਸ਼ਨ ਕਰਾ ਤੇ। ਇਹ ਸੇਵਾ ਲਈ ਵਾਹਿਗੁਰੂ ਜੀ ਇੱਦਾਂ ਹੀ ਮਾਲਕ ਕਰਦਾ ਸਾਡੇ ਨਾਲ। ਉਹ ਦੇਖਦਾ ਦਰ 'ਤੇ ਬੈਠਾ ਬੱਚਾ, ਇਹ ਬੈਠਣਾ ਤਾਂ ਚਾਹੁੰਦਾ, ਇਹਨੂੰ ਅੰਦਰੋਂ ਫੁਰਨਾ ਪਤਾ ਕਦ ਆਉਂਦਾ, ਓਹੋ ਮੈਂ ਲੇਟ ਹੋ ਗਿਆ, ਸੰਗਤ 'ਚ ਉੱਠ ਕੇ ਭੱਜ ਜਾਂਦਾ ਜਾਂ ਗੁਰੂ ਘਰ 'ਚ ਬੈਠਾ ਉੱਥੇ ਟਿਕਾਉਣੀ ਹੈਗਾ ਵੀ ਬੱਚੇ ਟਿਊਸ਼ਨ ਤੋਂ ਛੁੱਟੀ ਹੋਣ ਲੱਗੀ, ਸਕੂਲ ਤੋਂ ਛੁੱਟੀ ਹੋਣ ਲੱਗੀ, ਆਹ ਕਰਨਾ ਰੋਟੀ ਬਣਾਉਣੀ, ਇਹੀ ਕੰਮ ਨੇ ਨਾ, ਤਾਂ ਮਹਾਰਾਜ ਹੱਲ ਦੱਸ ਦਿੰਦੇ ਉਹਦਾ। ਇਹ ਨਹੀਂ ਕਿ ਜਾਦੂ ਹੋਣ ਲੱਗ ਜੂਗਾ, ਆਹ ਨਹੀਂ ਮੈਂ ਕਹਿ ਰਿਹਾ, ਮਹਾਰਾਜ ਹੱਲ ਦੇ ਦਿੰਦੇ ਤੁਹਾਨੂੰ, ਉਹਦੇ ਬਦਲੇ ਆਲਟਰਨੇਟ, ਇੱਕ ਆਲਟਰਨੇਟ ਆਪੇ ਤੁਹਾਡੇ ਕੋਲ ਪਹੁੰਚ ਜਾਏਗਾ। ਮੈਂ ਆਲਟਰਨੇਟ ਦੀ ਗੱਲ ਕਰ ਰਿਹਾ ਵੀ ਜਿਵੇਂ ਮੈਂ ਘਰੇ ਇਕੱਲਾ, ਮੇਰੇ ਕੋਲ ਸਹਾਇਤਾ ਕਰਨ ਲਈ ਕੋਈ, ਇੱਕ ਇਨਸਾਨ ਐਸਾ ਆ ਜਾਏਗਾ, ਉਹ ਇੱਕ ਇਨਸਾਨ ਨੂੰ ਭੇਜ ਦੇਗਾ, ਆਪ ਆ ਜਾਏਗਾ, ਆ ਕੇ ਕਹੇਗਾ ਇਹਦੀ ਜ਼ਿੰਦਗੀ ਥੋੜ੍ਹੀ ਸੌਖੀ, ਇਸ ਗੱਲੋਂ ਕਰਕੇ ਵੀ ਅਭਿਆਸ ਕਰ ਲਓ। ਤਾਂ ਨਾਮ ਨਾਲ ਜਿੱਦਾਂ ਜਿੱਦਾਂ ਤੁਹਾਡਾ ਪਿਆਰ ਪੈਂਦਾ ਜਾਏਗਾ, ਵਾਹਿਗੁਰੂ ਜੀ ਫਿਰ ਕੌਣ 12-12 ਘੰਟੇ ਅਭਿਆਸ ਕਰੂਗਾ? ਇੱਦਾਂ ਤਾਂ ਕੋਈ ਵੀ ਨਹੀਂ ਕਰੂਗਾ। ਚਲੋ ਮੈਨੂੰ ਇਹਦਾ ਹੀ ਜਵਾਬ ਦੇ ਦਿਓ, 12 ਘੰਟੇ ਅਭਿਆਸ ਤਾਂ ਕੋਈ ਵੀ ਨਹੀਂ ਕਰੂਗਾ, ਫਿਰ 24 ਘੰਟੇ 'ਚੋਂ 6-7 ਘੰਟੇ ਸੌ ਗਏ, 2-3 ਘੰਟੇ ਖਾਣ ਪੀਣ ਦਾ ਲਾ ਲੈਂਦੇ ਆਪਾਂ, ਫਿਰ ਪਿੱਛੇ ਬਚਿਆ ਕੀ? ਕੰਮ 'ਚ ਵੀ ਜਾਣਾ ਹੈ, ਸਭ ਕੁਛ ਕਰਨਾ। ਤਾਂ ਮਹਾਰਾਜ ਨੇ ਇੱਥੇ ਤੁਹਾਨੂੰ ਜਿਹੜਾ ਉਹ ਰਸਤਾ ਸੌਖਾ ਕਰਕੇ ਦਿੱਤਾ ਹੋਰ, ਵੀ ਤੁਸੀਂ ਕੰਮ 'ਤੇ ਹੋ, ਜੋਬ 'ਤੇ ਹੋ, ਬਿਜ਼ਨਸ 'ਤੇ ਹੋ, ਮੈਨੂੰ ਚੇਤੇ ਤਾਂ ਕਰ, ਸੱਚੇ ਦਿਲੋਂ ਮੈਨੂੰ ਯਾਦ ਤਾਂ ਕਰ, ਹਫ਼ਤਾ ਕਰੋ, 10 ਦਿਨ ਕਰੋ, ਹੌਲੀ 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 ਉਹ ਤੁਹਾਡਾ ਉਹਦੇ ਨਾਲ ਜਿਹੜਾ ਰਿਲੇਸ਼ਨ ਹੈ ਨਾ, ਜਿਵੇਂ ਮੰਨ ਕੇ ਚੱਲੋ ਵਾਹਿਗੁਰੂ ਜੀ ਵੀ ਤੁਹਾਡੇ ਅੰਦਰ ਉਹਦੇ ਨਾਲ ਗੱਲਾਂ ਸ਼ੁਰੂ ਹੋ ਜਾਣਗੀਆਂ, ਤੁਸੀਂ ਕਹੋਗੇ ਪਿਤਾ ਬਾਪੂ ਜੀ ਮੈਨੂੰ ਇਸ ਚੀਜ਼ ਦੀ ਨਾ ਲੋੜ ਹੈ, ਭਲਾ ਹੋਏਗਾ ਉਹਦੇ 'ਚ ਕਿਸੇ ਦਾ? ਤੁਸੀਂ ਕਦੀ ਵੀ ਲਾਲਚੀ ਨਹੀਂ ਹੋਵੋਗੇ, ਤੁਸੀਂ ਕਦੀ ਵੀ ਆਪਣੇ ਲਈ ਨਹੀਂ ਮੰਗੋਗੇ, ਤੁਸੀਂ ਜਿਹੜਾ ਆਸ ਪਾਸ ਹੋਏਗਾ ਨਾ ਉਹਦਾ ਭਲਾ ਮੰਗਣ ਲਈ ਵੀ ਵਾਹਿਗੁਰੂ ਜੀ ਇਹਦਾ ਇਹ ਵਿਚਾਰਾ ਇਸ ਗੱਲੋਂ ਔਖਾ, ਪਿਤਾ ਜੀ ਉਹ ਤੁਹਾਡੇ ਥਰੂ ਉਹਦਾ ਕੰਮ ਕਰਾਉਣਾ ਸ਼ੁਰੂ ਕਰ ਦੇਣਗੇ। ਕਹਿਣ ਦਾ ਭਾਵ ਤੁਹਾਡੀ ਹਰ ਗੱਲ ਸੁਣਨ ਲੱਗ ਜਾਂਦੇ, ਇੰਨਾ ਚੇਤਾ, ਜਾਣ ਪਛਾਣ। ਬੜੀ ਦੇਰ ਪਹਿਲਾਂ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਮਾਲਕ ਨਾਲ ਗੁੜੀ ਰਿਸ਼ਤੇਦਾਰੀ ਰੱਖੋ, ਗੁੜੀ ਜਾਣ ਪਛਾਣ। ਤੁਸੀਂ ਰੋਜ਼ ਦਰ 'ਤੇ ਜਾਓਗੇ, ਰੋਜ਼ ਆਓਗੇ, ਰੋਜ਼ ਜਾਓਗੇ, ਰੋਜ਼ ਆ। ਮਾਲਕ ਕਹਿੰਦੇ ਆਹ ਬੱਚਾ ਮੇਰਾ ਬੜਾ ਲਾਡਲਾ, ਮੇਰੇ ਬਿਨਾਂ ਰਹਿੰਦਾ ਹੀ, ਥੋੜ੍ਹੀ ਥੋੜ੍ਹੀ ਦੇਰ ਬਾਅਦ ਆ ਕੇ ਦਰ 'ਤੇ ਬਹਿ ਜਾਂਦਾ। ਸਮਝ ਰਹੇ ਵਾਹਿਗੁਰੂ? ਲਾਡ ਪਿਆਰ ਉਹ ਹੈ, ਸਭ ਕੁਛ ਹੈ, ਮਤਲਬ ਸ਼ਬਦਾਂ 'ਚ ਨਹੀਂ ਆ ਸਕਦੀ ਉਹ ਗੱਲ, ਮੈਂ ਨਹੀਂ ਤੁਹਾਨੂੰ ਦੱਸ ਸਕਦਾ ਵੀ ਉਹ ਸ਼ਬਦਾਂ 'ਚ ਕਿਵੇਂ ਦੱਸਾਂ। ਆਪਾਂ ਕਈ ਵਾਰੀ ਦੋਨੋਂ ਇੱਕ ਦੂਜੇ ਨੂੰ ਦੇਖ ਕੇ 10-10 ਮਿੰਟ ਹੱਸਦੇ ਹਾਂ, ਮੂੰਹ ਬੋਲਿਆ ਹੀ ਨਹੀਂ ਜਾਂਦਾ। ਕੋਈ ਕੰਮ ਐਸਾ ਹੁੰਦਾ ਵਾਹਿਗੁਰੂ ਜੀ, ਕੰਮ ਕਹਿ ਲਓ ਜਾਂ ਕੋਈ ਖੇਡ ਐਸੀ ਵਰਤਾ ਦਿੰਦੇ ਮਹਾਰਾਜ ਕਿ ਮੈਂ ਇਹਨਾਂ ਵੱਲ ਦੇਖ ਕੇ ਹੱਸੀ ਜਾਂਦਾ, ਮੇਰੇ ਵੱਲ ਜਿਵੇਂ ਕੋਈ ਪਾਗਲ ਹੁੰਦੇ। ਉਹ ਕਿਉਂ?
ਨਾ ਇਹ ਬੋਲ ਕੇ ਕਹਿ ਪਾਉਂਦੇ ਵੀ ਆਹ ਕੀ ਹੋਇਆ, ਸ਼ੌਕਡ ਸਰਪ੍ਰਾਈਜ਼ਡ ਇੱਦਾਂ ਹੀ, ਅਤੇ ਮੈਂ ਵੀ ਕਹੂੰਗਾ ਆਹ ਕੀ ਹੋਇਆ, ਇਹ ਕਿਵੇਂ ਹੋਇਆ, ਮਤਲਬ ਕਿ ਵਾਹਿਗੁਰੂ ਜੀ ਇੰਜ ਵਾਪਰ ਰਹੀਆਂ ਚੀਜ਼ਾਂ ਨਾਲ 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 ਤੁਹਾਡੇ ਫਿਰਦੇ ਹੀ ਪਏ ਆ ਉਹ ਮਹਾਰਾਜ, ਨਾਲ ਨਾਲ ਚੱਲਣ ਲੱਗ ਜਾਂਦੇ ਹੈ। ਇੱਥੇ ਅੱਜ ਕੱਲ੍ਹ ਕੀ ਚੱਲ ਰਿਹਾ, ਕੁਛ ਹੋਰ ਗੱਲਾਂ ਚੱਲ ਰਹੀਆਂ, ਸਾਨੂੰ ਸੂਖਮ ਖੇਡ ਤੋਂ ਤੋੜਤਾ, ਸਾਡੀ ਤਾਕਤ ਸੀ ਉਹ ਨਾਮ ਜਪਣਾ, ਸਿੱਖਾਂ ਦੀ ਸਭ ਤੋਂ ਵੱਡੀ ਤਾਕਤ ਹੀ ਸੂਖਮ ਹੈ। ਕੌਣ ਸੂਖਮ? ਮਹਾਰਾਜ ਨੇ ਕਿਉਂ ਕਿਹਾ ਵੀ ਸ਼ਹੀਦ ਸਿੰਘ ਫੌਜਾਂ ਜਿਹੜੀਆਂ ਮਹਾਰਾਜ ਦੇ ਖੁਦ ਨਾਲ ਨੇ ਉਹ ਕੀ ਕਰਨਗੀਆਂ ਸ਼ਹੀਦੀ ਫੌਜਾਂ, ਕਾਹਦੇ ਲਈ ਨੇ ਉਹ, ਮਹਾਰਾਜ ਨੇ ਕਿਉਂ ਪ੍ਰਗਟ ਕੀਤੀਆਂ? ਇਹੋ ਜਿਹੇ ਗੁਰਮੁੱਖਾਂ ਲਈ, ਨਾਮ 'ਚ ਜੁੜੀਆਂ ਰੂਹਾਂ ਲਈ। ਐਡੀ ਕਿਰਪਾ ਕਰਦੇ ਮਹਾਰਾਜ ਵਾਹਿਗੁਰੂ ਜੀ, ਬੱਚੇ ਨੂੰ ਛੇਤੀ ਦਰਸ਼ਨ ਹੋਣ ਦਾ ਰੀਜ਼ਨ ਇਹੀ ਹੁੰਦਾ, ਉਹ ਫੁਰਨਿਆਂ ਤੋਂ ਰਹਿਤ ਹੁੰਦੇ, ਅਵਸਥਾ ਹੈ ਨਾ ਸਾਰਿਆਂ ਦੀ, ਸਹਿਜ ਨੇ, ਬੜੀ ਕਿਰਪਾ। ਜਿਹੜੇ ਮੈਂ ਤਾਂ ਆਉਂਦੇ ਇੱਕ ਬੇਨਤੀ ਕੀਤੀ ਸੀ ਪਰ ਮੈਂ ਉਹਨੂੰ ਗੱਲ ਨੂੰ ਖਤਮ ਕਰਤਾ ਸੀ, ਤੁਸੀਂ ਸਾਰੇ ਵਾਹਿਗੁਰੂ ਜੀ ਬਹੁਤ ਕਿਰਪਾ ਵਾਲੀਆਂ ਰੂਹਾਂ ਹੋ, ਬਹੁਤ ਕਿਰਪਾ ਵਾਲੀਆਂ ਰੂਹਾਂ ਹੋ। ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਵਾਹਿਗੁਰੂ ਜੀ ਜਦੋਂ ਆਪਾਂ ਘਰੋਂ ਜਿੱਥੇ ਨਾਮ ਸਿਮਰਨ ਅਭਿਆਸ ਹੋਣਾ ਹੁੰਦਾ ਨਾ, ਜਦੋਂ ਅਸੀਂ ਜਾਣਾ ਹੁੰਦਾ, ਇੱਕ ਗੁਰਮੁਖ ਨੇ ਕੱਲ੍ਹ ਮੈਸੇਜ ਕੀਤਾ ਵਾਹਿਗੁਰੂ ਜੀ ਤੁਹਾਡੇ ਕੋਲ ਆਉਣ ਲੱਗੇ ਰੁਕਾਵਟ ਪੈਂਦੀ, ਉਂਝ ਤਾਂ ਮੈਂ ਸਾਰੇ ਪਾਸੇ ਜਾਈ ਜਾਂਦਾ। ਮੈਂ ਕਿਹਾ ਵਾਹਿਗੁਰੂ ਜੀ ਇਹ ਮੈਨੂੰ ਨਹੀਂ ਪਤਾ ਹੁਣ ਮੈਂ ਇਹਦੇ ਬਾਰੇ ਕੀ ਕਹਾਂ, ਵੀ ਕੀ ਪਤਾ ਸੀ ਇੰਨੇ ਮਾੜੇ ਆ ਮਾਰੇ ਤਾਂ ਨਹੀਂ ਤੁਹਾਨੂੰ ਭੇਜ ਲਏ, ਇਹ ਵੀ ਹੋ ਸਕਦਾ। ਮੈਂ ਕਿਹਾ ਵਾਹਿਗੁਰੂ ਜੀ ਕਿ ਆਪ ਜੀ ਉਹ ਰੂਹਾਂ ਹੋ, ਹਰ ਕੋਈ ਆਪਣੇ ਪਰਿਵਾਰ 'ਚੋਂ ਆਇਆ, ਕੋਈ ਪਰਿਵਾਰ ਦੇ ਨਾਲ ਆ ਗਿਆ, ਕੋਈ ਭੈਣ ਭਾਈ ਆ ਗਿਆ, ਕੋਈ ਇਕੱਲਾ ਆ ਗਿਆ, ਕੋਈ ਬੱਚਿਆਂ ਨੂੰ ਨਾਲ ਲਿਆਇਆ, ਅੰਕਲ ਆਂਟੀ ਆਏ, ਵਾਹਿਗੁਰੂ ਜੀ ਆਉਣਾ ਰੋਕਣਾ ਕਾਲ ਨੇ ਤੁਹਾਨੂੰ ਮੋੜ ਮੋੜ 'ਤੇ ਹੈ, ਫੁਰਨਿਆਂ ਨਹੀਂ ਪਹਿਲਾਂ ਤਾਂ ਰੋਕਣਾ, ਛੱਡ ਕੀ ਕਰਨਾ, ਟੈਲੀਗ੍ਰਾਮ 'ਤੇ ਜਪ ਲਈ, ਘਰ ਆਰਾਮ ਵਾਲੀ ਸੀ ਚਲਾ ਕੇ ਜਪ ਕੀ ਕਰਨਾ, ਉੱਥੇ ਜਾ ਕੇ ਐਡੀ ਦੂਰ ਲੁਧਿਆਣੇ ਜਾਵਾਂਗੇ ਐਡੀ ਦੂਰ, ਅਤੇ ਜੇ ਸੇਲ ਲੱਗ ਜੇ ਕੱਪੜਿਆਂ ਦੀ ਲੇਡੀਜ਼ ਸੂਟਾਂ ਦੀ, ਫਿਰ ਤਾਂ ਕਸ਼ਮੀਰ ਪਹੁੰਚ ਜਾਵਾਂਗੇ ਆਪਾਂ, ਕਿ ਇਕੱਠੇ ਹੀ ਮਾਲ ਚੱਕ ਲਿਆਉਣਾ ਇਸ ਵੇਲੇ। ਕਹਿਣ ਦਾ ਭਾਵ ਇਹ ਕਾਲ ਕਿਸ ਤਰੀਕੇ ਨਾਲ ਸਾਡੇ ਨਾਲ ਖੇਡ ਰਿਹਾ, ਭੈਣਾਂ ਬਹੁਤ ਛੇਤੀ ਹੱਸਦੀਆਂ ਇਸ ਗੱਲ 'ਤੇ, ਲੇਡੀ ਉਹਨਾਂ ਨੂੰ ਪਤਾ ਇਹ ਗੱਲ ਸੱਚ ਹੈ, ਹੈ ਨਾ, ਹਜੇ ਜਦ ਕਿ ਜਿਹੜੇ ਮੇਰੇ ਉਹਨਾਂ ਨੂੰ ਇਹਨਾਂ ਗੱਲਾਂ ਦੀ ਇੰਨੀ ਪਰਵਾਹ ਨਹੀਂ ਹੁੰਦੀ, ਉਹਨਾਂ ਨੇ ਗਲੀ ਦੇ ਬਾਹਰ ਵਾਲੀ ਦੁਕਾਨ ਤੋਂ ਕੱਪੜੇ ਲੈ ਕੇ ਪਾ ਲੈਣੇ ਹੁੰਦੇ। ਚੱਕਰ ਕੀ ਹੈ ਵਾਹਿਗੁਰੂ ਜੀ, ਇਹ ਗੱਲਾਂ ਸੱਚੀਆਂ ਨੇ, ਕਾਲ ਸਾਡੇ ਨਾਲ ਇੰਝ ਹੀ ਖੇਡਦਾ ਪਿਆ। ਤੁਸੀਂ ਇਹ ਦੱਸੋ ਵੀ ਜੇ ਗੁਰੂ ਸਾਹਿਬ ਦੀ ਨਜ਼ਰ ਤੁਹਾਡੇ 'ਤੇ ਹੈ, ਤੁਹਾਨੂੰ ਪਤਾ ਲੱਗ ਜਾਏ, ਤੁਸੀਂ ਕੀ ਕਰੋਗੇ, ਕਿੰਨੇ ਖੁਸ਼ 'ਚ ਹੋਵੋਗੇ, ਕਿੰਨੇ ਆਨੰਦ 'ਚ ਹੋਵੋਗੇ ਵੀ ਮੇਰੇ ਗੁਰੂ ਪਿਤਾ ਨੇ ਮੇਰੇ 'ਤੇ ਨਜ਼ਰ ਪਾਈ, ਵੀ ਇੰਝ ਦੇਖ ਰਹੇ ਸੀ ਸੰਗਤ ਵੱਲ ਅਤੇ ਮੇਰੇ 'ਤੇ ਰੋਕ ਲਈ, ਵੀ ਐਡਾ ਪਿਆਰ, ਕੀ ਕਰੋਗੇ ਫਿਰ? ਕਹਿੰਦੇ ਨਾ ਮੈਂਟਲ, ਮਤਲਬ ਇੰਨੇ ਖੁਸ਼ ਹੋ ਜਾਂਦਾ ਇਨਸਾਨ, ਉਹ ਪਾਗਲ ਹੀ ਲੱਗਣ ਲੱਗ ਜਾਂਦਾ, ਪਰ ਪਾਗਲ ਨਹੀਂ ਹੁੰਦਾ ਉਹ, ਅੰਦਰੋਂ ਹੀ ਇੰਨਾ ਖੁਸ਼ ਆ, ਉਹਨੂੰ ਫਰਕ ਹੀ ਨਹੀਂ ਪੈ ਰਿਹਾ ਵੀ ਦੁਨੀਆ ਮੇਰੇ ਬਾਰੇ ਕੀ ਕਹਿ ਰਹੀ, ਮੈਨੂੰ ਮਾੜਾ ਕਹਿ ਰਹੀ, ਚੰਗਾ ਕਹਿ ਰਹੀ, ਉਹ ਆਨੰਦ 'ਚ ਹੈ। ਉਹ ਕਹਿੰਦਾ ਤੁਹਾਨੂੰ ਮੂਰਖੋ ਸਮਝ ਹੀ ਨਹੀਂ ਆ ਰਹੀ, ਉਹ ਇੰਝ ਹੀ ਕਹਿੰਦਾ ਅੰਦਰੋਂ, ਮੂਰਖੋ ਤੁਹਾਨੂੰ ਸਮਝ ਹੀ ਨਹੀਂ ਆ ਰਹੀ ਕਿ ਪਿਤਾ ਤੁਹਾਨੂੰ ਬੁਲਾਈ ਜਾਂਦੇ ਆਵਾਜ਼ਾਂ ਮਾਰੇ, ਤੁਹਾਨੂੰ ਸੁਣਦੇ ਹੀ ਨਹੀਂ ਪਈ, ਸੁਣ ਲਓ ਉਹਦੀ ਆਵਾਜ਼, ਸੁਣ ਲਓ ਉਹਦੀ ਆਵਾਜ਼। ਹੁਣ ਜਿਵੇਂ ਮਹਾਰਾਜ ਨਾਲ ਬਚਨ ਹੋਣੇ, ਤੁਸੀਂ ਦੇਖੋ ਕਿ ਗੁਰੂ ਸਾਹਿਬ ਕਿੰਨਾ ਪਿਆਰ ਕਰਦੇ ਆ ਤੁਹਾਨੂੰ ਸਾਰਿਆਂ ਨੂੰ, ਇੱਥੇ ਭੇਜਿਆ ਮਹਾਰਾਜ ਨੇ ਤੁਹਾਨੂੰ, ਹੈ ਨਾ, ਕਾਲ ਰੋਕਣਾ ਚਾਹੁੰਦਾ ਤਾਂ ਰੋਕ ਸਕਦਾ ਸੀ, ਕਿਸੇ ਦੀ ਤਬੀਅਤ ਖਰਾਬ ਹੋ ਜਾਂਦੀ, ਗਰਮੀ ਹੈ, ਕਿਸੇ ਨੂੰ ਕੁਛ, ਕੋਈ ਕਹੇਗਾ ਜੀ ਇੰਝ ਹੋ ਗਿਆ ਜੀ ਘਰੇ ਮੇਰੇ ਮਾਂ ਪਿਓ ਨੇ ਰੋਕ ਲਿਆ, ਜਾਂ ਘਰੇ ਇਸ ਗੱਲ ਦਾ ਕਲੇਸ਼ ਪੈ ਗਿਆ, ਜਾਂ ਆਹ ਹੋ ਗਿਆ ਰਾਤੀ ਇੰਝ ਹੋ ਗਿਆ ਸੀ ਜੀ, ਕੁਛ ਵੀ ਹਜ਼ਾਰ ਬਹਾਨੇ ਆ ਉਹਦੇ ਕੋਲ ਨਾ ਭੇਜਣ ਦੇ, ਫਿਰ ਵੀ ਤੁਸੀਂ ਆਏ ਹੋ ਨਾ, ਤੁਹਾਡਾ ਮਾਲਕ ਨਾਲ ਬੜਾ ਪਿਆਰ ਹੈ,
ਅਤੇ ਉਹ ਪਿਆਰ ਜਿਹੜਾ ਤੁਸੀਂ ਲੈ ਕੇ ਚੱਲ ਰਹੇ ਹੋ ਨਾ, ਮੈਂ ਸੱਚੀ ਕਹਿ ਰਿਹਾ ਤੁਹਾਨੂੰ, ਅਭਿਆਸ ਤੁਹਾਡਾ 10 ਨਹੀਂ ਤਾਂ 4 ਘੰਟੇ ਵੀ ਹੈ ਨਾ, ਖੇਡ ਬਣੇਗੀ ਬਣੇਗੀ। ਗੱਲ ਇੱਥੇ ਘੰਟਿਆਂ ਦੀ ਨਹੀਂ, ਪਿਆਰ ਦੀ ਹੈ, ਭਾਵਨਾ ਦੀ ਹੈ, ਫੁਰਨਿਆਂ ਤੋਂ ਰਹਿ ਧੋਣ ਦੀ ਹੈ। ਅਭਿਆਸ ਮੈਂ ਕਰ ਰਿਹਾ 12-12 ਘੰਟੇ, ਉਹਦੇ 'ਚੋਂ 7 ਘੰਟੇ 8 ਘੰਟੇ ਤਾਂ ਮੈਨੂੰ ਫੁਰਨਿਆਂ ਨੇ ਮਾਰਤਾ, 3-4 ਘੰਟੇ ਹੋਰ ਕਿਸੇ ਅੰਦਰੋਂ ਸਿਸਟਮ ਨੇ ਮੈਨੂੰ ਵਿਗਾੜਤਾ, ਗਰਮੀ ਪੈਦਾ ਹੋ ਗਈ ਪੇਟ 'ਚ, ਠੀਕ ਹੈ, ਜਾਂ ਕੁਛ ਹੋ ਗਿਆ, ਮੇਰਾ ਅਭਿਆਸ ਨਾ ਬਰਾਬਰ ਹੈ ਫਿਰ। ਪਰ ਜੇ ਤੁਸੀਂ 2 ਘੰਟੇ, ਮੈਂ ਕਿਉਂ ਕਿਹਾ ਵਾਹਿਗੁਰੂ ਜੀ ਹੁਣ ਸਹਿਜ ਅੱਲਾ ਸ਼ੁਰੂ ਕਰ ਦਿਉ ਆਪ ਜੀ, ਕਿਉਂਕਿ ਆਪ ਜੀ ਸਾਰੀਆਂ ਰੂਹਾਂ ਜ਼ਿਆਦਾਤਰ ਉਹ ਜੋ ਅਭਿਆਸੀ ਹੀ ਹੋ, ਟੈਲੀਗ੍ਰਾਮ 'ਤੇ ਵੀ ਜਪਦੇ ਹੋ, ਘਰ ਵੀ ਜਪਦੇ ਹੋ, ਹੈ ਨਾ, ਸਾਰੇ ਇੱਕ ਦਿਨ ਇੱਦਾਂ ਰੱਖ ਲਓ ਹਫ਼ਤੇ 'ਚ, ਜਾਂ 2 ਦਿਨ ਰੱਖ ਲਓ ਆਲਟਰਨੇਟ, ਵੀ ਜਿਵੇਂ ਜਿੱਦਾਂ ਦਿਲ ਕਰਦਾ ਕਰੋ, 2 ਦਿਨ ਇੱਦਾਂ ਦੇ ਰੱਖ ਲਓ ਜਿਹਦੇ 'ਚ ਤੁਸੀਂ ਸਹਿਜ ਨਾਮ ਹੀ ਜਪਣਾ, ਚਾਹੇ 3 ਵਾਰੀ ਜਪੋ ਸੈਸ਼ਨ, 4 ਲਾਓ, 6 ਲਾਓ, 10 ਲਾਓ, ਸਹਿਜ 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 ਸਹਿਜ। ਕਿਉਂਕਿ ਮੈਨੂੰ ਤੁਹਾਡੇ 'ਚ ਨਾ ਵਾਹਿਗੁਰੂ ਜੀ, ਆਪਾਂ ਦੋਨਾਂ ਨੂੰ ਹੀ ਖਾਸ ਕਰਕੇ ਆਪਣੇ ਆਪ ਨੂੰ ਹੀ ਦੇਖਦੇ ਰਹਿੰਦੇ ਹਾਂ, ਤੁਹਾਨੂੰ ਨਹੀਂ ਪਤਾ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਉਹੀ ਰੂਹਾਂ ਨੇ ਜਿਹੜੀਆਂ ਪਹਿਲਾਂ ਵੀ ਸਾਡੇ ਨਾਲ ਹੀ ਸੀ ਪਿਛਲੇ ਜਨਮਾਂ 'ਚ, ਇਹ ਫਿਰ ਬੈਠੇ ਇਹਨਾਂ ਨੂੰ ਪਤਾ ਨਹੀਂ, ਬਸ ਗੱਲ ਇੰਨੀ ਹੈ। ਇਹ ਸਾਰੇ ਸਾਡੇ ਭੈਣ ਭਰਾ ਹੀ ਤਾਂ ਹੈਗੇ ਪਿਛਲੇ ਇੱਕ ਜਨਮ 'ਚ, ਤੂੰ ਸਕੀ ਭੈਣ ਰਹਿ ਕੇ ਭੈਣ ਚਲੀ ਗਈ, ਫਿਰ ਇਹ ਕੋਈ ਰਿਸ਼ਤੇ 'ਚ ਬਣ ਗਏ, ਫਿਰ ਇਹ ਆਪਾਂ ਇਕੱਠੇ ਹੀ ਰਹੇ ਹਾਂ, ਸਾਰੇ ਸੰਗਤਾਂ ਵੀ ਕੀਤੀਆਂ ਹਨ ਗੁਰੂ ਘਰਾਂ 'ਚ, ਜਿਵੇਂ ਆਪਾਂ ਅੱਜ ਹੁਣ ਮਿਲੇ ਹਾਂ, ਨਾਮ ਜਪ ਰਹੇ ਹਾਂ, ਅਸੀਂ ਪਹਿਲਾਂ ਵੀ ਇਕੱਠੇ ਹੀ ਸੀ, ਤੁਹਾਨੂੰ ਚੇਤੇ ਸਾਰਿਆਂ ਨੂੰ ਆਊਗਾ। ਹਾਂਜੀ ਵਾਹਿਗੁਰੂ, ਲਓ ਜੀ ਵਾਹਿਗੁਰੂ, ਆਪਾਂ ਇਸ ਤੋਂ ਬਾਅਦ ਨਾਮ ਜਪਦੇ ਹਾਂ ਵਾਹਿਗੁਰੂ। ਕੁਛ ਗੁਰਮੁਖ ਗਏ ਆ ਬਾਹਰ ਨੇ, ਹੈ ਨਾ ਜੀ? ਅੱਛਾ ਜੀ, ਹਾਂਜੀ ਵਾਹਿਗੁਰੂ ਜੀ, ਤੁਸੀਂ ਯਾਰ ਇਸ ਚੀਜ਼ ਇੱਕ ਬੇਨਤੀ, ਵਾਹਿਗੁਰੂ ਜੀ ਮਹਾਰਾਜ ਨੇ ਸੰਗਤ ਬਖਸ਼ੀ ਕਿ ਤੇਰਾ ਭਲਾ ਹੋ ਜਾਵੇ, ਪਰ ਇੱਥੇ ਆ ਕੇ ਵੀ ਦਿਮਾਗ ਦੇਖੋ ਕਿੱਧਰ ਚੱਲ ਗਏ। ਅਤੇ ਇੱਕ ਹੋ ਗਿਆ ਕਿ ਗਲਤੀ ਸੋਚ ਬੈਠਾ, ਕੀਤੀ ਨਹੀਂ, ਸਿਰਫ ਮਨ 'ਚ ਗਲਤ ਇੱਕ ਵਿਚਾਰ ਆਇਆ ਪਰ ਕੀਤਾ ਨਹੀਂ, ਕਰ ਵੀ ਦਿੱਤਾ। ਇੱਕ ਹੁੰਦਾ ਪਾਪ ਕਰਨ ਦਾ ਮੌਕਾ ਮਿਲਿਆ ਪਰ ਭੈ ਆ ਗਿਆ ਗੁਰੂ ਦਾ ਵੀ ਨਹੀਂ, ਇੱਕ ਤਾਂ ਪਹਿਲਾਂ ਜਿਹੜਾ ਕਰਮ ਬਣਿਆ ਵੀ ਤੇਰੇ ਅੰਦਰੋਂ ਸੋਚ ਆਈ ਕਿਉਂ, ਇੱਕ ਤੂੰ ਕਿਹਾ ਲੈ ਗੁਰੂ ਕਿਹੜਾ ਮੈਨੂੰ ਹੀ ਦੇਖਦਾ ਬਾਕੀ ਦੁਨੀਆ ਨਹੀਂ, ਮਤਲਬ ਕਰਤਾ ਪਾਪ, ਪਾਪ ਕਰਕੇ ਮੁੜ ਕੇ ਕਹਿਣਾ ਕਿ ਅਸੀਂ ਤਾਂ
ਆਹਾਂ ਜੀ ਆਹਾਂ ਜੀ, ਮਤਲਬ ਗੁਰੂ ਦੇ ਬੜੇ ਪਿਆਰੇ, ਅਤੇ ਉਹ ਚੀਜ਼ਾਂ ਵੀ ਦੇਖੀਆਂ ਜੋ ਇਹ ਕਹਿਣਾ ਚਾਹ ਰਹੇ ਵੀ ਦੇਖੋ ਮਾਲਕ ਨੇ ਸੰਗਤ ਇਸ ਕਰਕੇ ਨਹੀਂ ਬਖਸ਼ੀ, ਮਾਲਕ ਨੇ ਤਾਂ ਸੰਗਤ ਬਖਸ਼ੀ ਸਾਡਾ ਇਹ ਜਨਮ ਪ੍ਰਵਾਨ ਕਰਨ ਲਈ, ਸਾਡਾ ਜਿਹੜਾ ਮਨੁੱਖੀ ਜਾਮਾ ਮਿਲਿਆ ਹੈ ਇਹਦਾ ਉਹ ਜੋ ਮਨੋਰਥ ਹੈ ਉਹ ਪੂਰਾ ਹੋਣ ਲਈ। ਪਰ ਆਪਣੇ ਅੰਦਰ ਨਾ ਇੱਕ ਚੀਜ਼ ਹੈ ਵਾਹਿਗੁਰੂ ਜੀ ਕਿ ਜਿਹੜਾ ਸਰੀਰ ਹੈ ਨਾ ਇਹ ਵਾਰ ਵਾਰ ਇਹ ਫੀਲ ਕਰਾਉਂਦਾ ਵੀ ਤੂੰ ਕਿਤੇ ਨਹੀਂ ਚੱਲਣਾ, ਵੀ ਸਦਾ ਹੀ ਸਾਡੇ ਕੋਲ ਇਹਦੇ ਵਿੱਚ ਹੀ ਅਸੀਂ ਰਹਿਣਾ, ਜਦ ਕਿ ਇਹ ਕਿਰਾਏ 'ਤੇ ਇਹਦੀ ਲੀਜ਼ ਅੱਜ ਨਹੀਂ ਤਾਂ ਕੱਲ੍ਹ ਖਤਮ ਹੋਣੀ ਹੈ। ਇਹਨੇ ਧੋਖਾ ਦੇਣਾ, ਇਹਦੇ ਧੋਖਾ ਦੇਣ ਤੋਂ ਪਹਿਲਾਂ ਤੁਸੀਂ ਪ੍ਰਵਾਨ ਹੋ ਜਾਓ, ਕਿਉਂਕਿ ਉਸ ਤੋਂ ਬਾਅਦ ਵਾਹਿਗੁਰੂ ਜੀ ਮਾਲਕ ਨੇ ਜੋ ਕਿਹਾ ਸਿਰਫ ਉਹ ਪੜ੍ਹ ਲਓ ਵੀ ਤੁਹਾਡਾ ਬਣਨਾ ਕੀ। ਇੰਨੀਆਂ ਛੋਟੀਆਂ ਛੋਟੀਆਂ ਗੱਲਾਂ ਕਰਕੇ, ਬਹੁਤ ਕਈ ਵਾਰੀ ਨਾ ਮਾਤਰ ਗੱਲਾਂ ਕਰਕੇ ਅਸੀਂ ਆਪਣੇ ਗੁਰੂ ਨੂੰ ਪਿੱਛੇ ਕਰਦੇ। ਮੈਂ ਤਾਂ ਕਹਿੰਦਾ ਅਸੀਂ ਕੋਈ ਗੱਲ ਹੈ ਨਹੀਂ ਜਿਹੜੀ ਗੁਰੂ ਨੂੰ ਪਿੱਛੇ ਕਰ ਸਕੇ, ਪਰ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਹੀ ਗੁਰੂ ਤੋਂ ਪਰੇ ਹੋ ਜਾਣਾ ਵੀ ਸਾਡੇ ਕੋਲ ਟਾਈਮ ਨਹੀਂ ਨਾਮ ਜਪਣ ਦਾ ਜਾਂ ਉਹਦੀ ਉਸਤਤ ਕਰਨ ਦਾ। ਅੱਜ ਕੱਲ੍ਹ ਮਾਹੌਲ ਐਸਾ ਬਣ ਗਿਆ ਵਾਹਿਗੁਰੂ ਜੀ, ਸਾਡੇ ਘਰਾਂ ਦਾ ਮਾਹੌਲ ਵੀ ਇਹੋ ਜਿਹਾ ਹੀ ਹੋ ਗਿਆ, ਭੂਤ ਪ੍ਰੇਤ ਹੀ ਪੈਦਾ ਹੋ ਰਹੇ, ਮਨਮੁੱਖ ਜਿਹਨੂੰ ਅਸੀਂ ਕਹਿੰਦੇ ਹਾਂ। ਵਾਹਿਗੁਰੂ ਜੀ ਗੁਰੂ ਦਾ ਭੈ ਨਹੀਂ ਹੈਗਾ, ਜੇ ਗੁਰੂ ਦਾ ਭੈ ਸੀ ਤਾਂ ਉਹ ਰੂਹਾਂ 'ਚ ਸੀ ਜਿਨ੍ਹਾਂ ਦੇ ਵਾਹਿਗੁਰੂ ਜੀ ਪਰਿਵਾਰ ਦੇ ਅੰਦਰ ਪੱਕਾ ਸਮਾਂ ਹੁੰਦਾ ਸੀ ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਗੁਰੂ ਦੀ ਸੇਵਾ ਕਰਨ ਦਾ। ਅੱਜ ਕੱਲ੍ਹ ਬਹੁਤ ਕੋਈ ਵਿਰਲੇ ਪਰਿਵਾਰ ਹੈਗੇ ਆ, ਗੁਰੂ ਦੀ ਬੜੀ ਕਿਰਪਾ ਹੈ ਕਿ ਉਹ ਪਰਿਵਾਰ ਵੀ ਨੇ ਇਹੋ ਜਿਹੇ ਬੱਚਿਆਂ ਨਾਲ ਮਾਤਾ ਪਿਤਾ ਦਾ ਆਉਣਾ, ਇਹ ਬੜੀ ਵੱਡੀ ਗੱਲ ਲੱਗਦੀ ਸਾਨੂੰ। ਇਹ ਬੱਚੇ ਵੀ ਖੁਸ਼ ਹੋ ਕੇ ਆਉਂਦੇ ਆ, ਇਹਨਾਂ ਦੇ ਮਾਤਾ ਪਿਤਾ ਇਹਨਾਂ ਨੂੰ ਲੈ ਕੇ ਆਉਂਦੇ ਆ, ਸਾਡੇ ਲਈ ਵਾਹਿਗੁਰੂ ਜੀ ਇਹ ਦੇਖ ਕੇ ਆਨੰਦ ਬਣਿਆ ਰਹਿੰਦਾ। ਅਤੇ ਆਪਾਂ ਵਾਹਿਗੁਰੂ ਜੀ ਇੱਕ ਤਾਂ ਅਭਿਆਸ ਕਰਨਾ, ਪਰ ਉਸ ਤੋਂ ਪਹਿਲਾਂ ਤੁਸੀਂ ਕੁਝ ਕਹਿਣਾ ਬੱਚਿਆਂ ਨੇ ਨਾ ਸ਼ਬਦ ਸੁਣਾਉਣਾ। ਅੱਛਾ ਬਸ ਇੱਕ ਚੀਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਦਰਜ ਹੈ ਕਿ ਹੁਣ ਤੋਂ ਆਪਾਂ ਇਨਸਾਨ ਨੂੰ ਆਪਾਂ ਪ੍ਰੇਤ ਹੀ ਪ੍ਰੇਤ ਹੀ ਜਿਹੜਾ ਇੱਕ ਦੂਸਰੇ ਕੰਮ ਕਰ ਰਹੇ ਹਾਂ, ਪ੍ਰੇਤ ਹੀ ਪੈਦਾ ਹੋ ਰਹੇ, ਤਾਂ ਹੀ ਇਤਨਾ ਕਲਯੁਗ ਇਤਨਾ ਗੰਦ ਹੋਇਆ ਜਾ ਰਿਹਾ ਹੈ। ਜਦੋਂ ਪਿਤਾ ਜੀ ਸਾਨੂੰ ਤਾਂ ਨਹੀਂ ਪਤਾ ਅਸੀਂ ਪਤਾਲ ਲੋਕ ਤੋਂ ਆਏ ਹਾਂ, ਬੁੱਢੇ ਲੋਕ ਤੋਂ ਆਏ ਹਾਂ, ਆਕਾਸ਼ ਲੋਕ ਤੋਂ ਆਏ ਹਾਂ, ਜਿਵੇਂ ਇੱਕ ਪਰਿਵਾਰ ਆਪਣਾ ਸੱਚ ਹੀ ਨਹੀਂ ਪਤਾ ਸਾਨੂੰ। ਸ਼ਰੀਰ ਦੀ ਸਫਾਈ ਕਰਕੇ ਜਦੋਂ ਆਪਾਂ
ਸਰੀਰ ਜਦੋਂ ਛੱਡ ਕੇ ਜਦੋਂ ਵਾਪਸ ਆਉਂਦੇ ਆ ਸੋਵੇ ਜਦੋਂ ਵੀ ਆਮ ਖੁੱਲਦੀ ਨਾਮ ਜਪਣਾ ਮਨ ਦਾ ਇਸਨਾਮ ਕਰਨਾ ਆਪਾਂ ਕੀ ਕਰ ਰਹੇ ਹਾਂ ਸਾਨੂੰ ਕੀ ਸਿਖਾਇਆ ਹੋਇਆ ਗੁਰੂ ਸਾਹਿਬ ਜੀ ਦੀ ਗੱਲ ਨੂੰ ਇਹ ਕਰ ਰਿਹਾ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਕਹੇ ਸਭ ਤੋਂ ਪਹਿਲਾਂ ਬਸ ਇਹ ਕਹਿ ਰਹੇ ਆ ਉਠੋ ਸਰੀਰ ਸਾਫ਼ ਕਰੋ ਅਤੇ ਬਾਣੀ ਮਨ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ ਐਸ ਕਰੋ ਵੀ ਸਾਹਮਣੇ ਵੀ ਗੁਰੂ ਸਾਹਿਬ ਜੀ ਬੈਠੇ ਮੈਂ ਆਪਣੇ ਗੁਰੂ ਸਾਹਿਬ ਜੀ ਨਾਲ ਗੱਲ ਮਾਰ ਸਕਦੀ ਹਾਂ ਠੀਕ ਹੈ ਜੀ ਗੁਰੂ ਸਾਹਿਬ ਜੀ ਦਾ ਹੁਕਮ ਹੀ ਇਹ ਹੈ ਜਦੋਂ ਆਪਾਂ ਵਾਪਿਸ ਮਨ ਸਰੀਰ ਵਿੱਚ ਆਉਂਦਾ ਹੈ ਕਿਉਂਕਿ ਆਪਾਂ ਰੋਜ਼ ਮਰਦੇ ਹਾਂ ਤਾਂ ਰੋਜ਼ ਜਲਦੇ ਹਾਂ ਤਾਂ ਠੀਕ ਹੈ ਭਾਈ ਗੁਰੂ ਜੀ ਸਾਨੂੰ ਵੀ ਪਤਾ ਸੋਤੇ ਸੋਤੇ ਅੱਛਾ ਸੋ ਕੇ ਜਦੋਂ ਆਪਾਂ ਕਹਿੰਦੇ ਸੋ ਗਏ ਠੀਕ ਹੈ ਯਹਾਂ ਦਾ ਯਾਦ ਰਹਿੰਦਾ ਕੁਛ ਕਿਧਰ ਕੋਈ ਹੋਏਗਾ ਸਾਨੂੰ ਤਾਂ ਸਪਨੇ ਵਿੱਚ ਆਪਣਾ ਨਾਮ ਹੀ ਨਹੀਂ ਯਾਦ ਰਹਿੰਦਾ ਅਸੀਂ ਹੈ ਕੌਣ ਦੱਸ ਦਿਓ ਅਗਰ ਕਿਸੇ ਨੂੰ ਯਾਦ ਹੋ ਗੁਰੂ ਸਾਹਿਬ ਜੀ ਦਾ ਹੁਕਮ ਹੀ ਇਹ ਹੈ ਜਦੋਂ ਮਨ ਵਾਪਿਸ ਆਉਂਦਾ ਹੈ ਸਭ ਤੋਂ ਪਹਿਲੇ ਨਾਮ ਜਪਣਾ ਮਨ ਦਾ ਇਸਨਾਨ ਕਰਨਾ ਉਸਦੇ ਬਾਅਦ ਸਰੀਰ ਦਾ ਇਸਨਾਨ ਕਰਕੇ ਪਾਣੀ ਫਿਰ ਨਾਮ ਜਪੋ ਵਾਹਿਗੁਰੂ ਜੀ ਫਿਰ ਚੱਲਦੇ ਫਿਰਦੇ ਬਰਤਨ ਮਾਂਜਦੇ ਝਾੜੂ ਮਾਰਦੇ ਕੰਮ ਕਰੋ ਡਰਾਈਵ ਕਰੋ ਨਾਮ ਜਪੋ ਐਸੇ ਅੱਠੋਂ ਪੈਰ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਕੀਤਾ ਉਸ ਇੱਕ ਨੂੰ ਯਾਦ ਰੱਖ ਪਾਓਗੇ ਵਾਹਿਗੁਰੂ ਜੀ ਬੱਚਿਆਂ ਨੇ ਆਪ ਜੀ ਨੂੰ ਕੁਛ ਸੁਣਾਉਣਾ ਹੈ।